ਤੇ ਆ ਦੇਖੋ ਜੀ ਫਿਰ ਉਹ ਦੋਨਾਂ ਸੋਲਰਾਂ ਦਾ ਕਰੰਟ ਇਕੱਠਾ ਕਰਕੇ ਇਨਵਰਟਰ ਨੂੰ ਦਿੱਤਾ। ਉਹ ਉੱਥੇ ਫਿਰ ਕਰੰਟ ਪੂਰਾ ਹੋ ਰਿਹਾ ਤਾਂ ਫਿਰ ਅੱਗੇ ਜੀ ਮੋਟਰ ਨੂੰ ਆ ਗਿਆ 20 ਹਸ ਪਾਵਰ ਦੀ ਮੋਟਰ ਵੱਡੀ ਮੋਟਰ ਤੇ ਆਪਣਾ ਸਾਦਕ ਦਾ ਪੱਖਾ ਵਾ ਫੋਰ ਦੇ ਰੂਟਰ ਵਾਲਾ ਪੱਖਾ ਤੇ ਤਕਰੀਬਨ ਬੋਰ ਦੀ ਗਹਿਰਾਈ ਹੈ ਜਿਹੜਾ ਖੂਬ ਆਪਣਾ ਖਾੜਾ ਖੂਹ ਬਣਾਇਆ ਹੋਇਆ ਤਕਰੀਬਨ 20 ਫੁੱਟ ਸਾਦਕ ਦਾ ਪੱਖਾ ਵਾ ਵੱਡਾ ਫੁਰ ਦੇ ਰੂਟਰ ਵਾਲਾ ਪੱਖਾ 20 ਐਸ ਪਾਵਰ ਦੀ ਮੋਟਰ ਆ 60 ਬਲੇਟਾਂ ਤੇ ਚੱਲ ਰਹੀ ਐ ਇਸ ਟਾਈਮ 54550 ਵਾਟ ਵਾਲੀਆਂ 60 ਬਲੇਟਾਂ ਜਿਹੜੀਆਂ ਚੱਲ ਰਹੀਆਂ ਦੇਖੋ ਤੁਸੀਂ ਬੋਰ ਦਾ ਪਾਣੀ ਜ਼ਬਰਦਸਤ ਇਸੇ ਤਰ੍ਹਾਂ ਚੰਗੀ ਵੀ ਆਈਪੀ ਧੁੱਪ ਲੱਗੀ ਹੋਵੇ ਤੇ ਇਹਨਾਂ ਪਾਣੀ ਜਿਹੜਾ ਆ ਨਾ 30 ਬਲੇਟਾਂ ਨਾਲ ਇਹ ਬੋਰ ਪੂਰਾ ਕਰ ਦਿੰਦਾ ਹੁਣ ਧੋਪ ਨਾ ਹੋਣ ਦੀ ਵਜ੍ਹਾ ਤੋਂ ਦੋ ਟਰਾਲੀਆਂ ਇਕੱਠੀਆਂ ਕਰਕੇ ਖੋਲੀਆਂ ਆਵਾਂ 60 ਪਲੇਟਾਂ ਤੇ 60ਾਂ ਵਿੱਚ ਵੀ ਬਗੈਰ ਸੂਰਜ ਤੋਂ ਵੀ ਤੁਸੀਂ ਕਹਿ ਲੋਗੇ ਬਗੈਰ ਹੀ ਸੂਰਜ ਤੋਂ ਹਲਕੀਆਂ ਹਲਕੀਆਂ ਛਵਾਵਾਂ ਸੂਰਜ ਦੀਆਂ ਆ ਰਹੀਆਂ ਸੂਰਜ ਨਹੀਂ ਆਏ SMOG ਦਾ ਬਦਲ ਦੀ ਵਜੇ ਤੋਂ ਬੜਾ ਜ਼ਬਰਦਸਤ ਪਾਣੀ ਤਕਰੀਬਨ ਘੰਟੇ ਡੇਢ ਘੰਟੇ ਚ ਕਿਲਾ ਗੱਡ ਰਿਹਾ ਏ ਅੱਜ ਕੱਲ ਬਜਾਈਆਂ ਦਾ ਮੌਸਮ ਆ ਤੇ ਬਜਾਈਆਂ ਦੇ ਮੌਸਮ ਵਿੱਚ ਜਿਹੜੇ ਜ਼ਿਮੀਂਦਾਰ ਆ ਜ਼ਿਆਦਾਤਰ ਜ਼ਿਮੀਂਦਾਰਾਂ ਨੇ ਸੋਲਰ ਵਾਲੀ ਹੀ ਸੈਟਿੰਗ ਕੀਤੀ ਹੋਈ ਆ ਟਿਊਬਵੈਲ ਜਿਹੜਾ ਆ ਨਾ ਸੋਲਰ 'ਤੇ ਚੱਲਦਾ ਤੇ ਪੀਟਰ ਸ਼ੀਟਰ ਤੇ ਬੋਰ ਵਾਲਾ ਟਰੈਕਟਰ ਵਾਲਾ ਜਿਹੜਾ ਟਰੈਕਟਰ ਨਾਲ ਬੋਰ ਚੱਲਦਾ ਸੀ ਉਹ ਸਿਸਟਮ ক্লোਜ਼ ਕੀਤਾ ਹੋਇਆ ਇਸ ਵਜ੍ਹਾ ਤੋਂ ਫਿਰ ਮਜਬੂਰਨ ਇੱਕ ਦੋ ਪਾਣੀਆਂ ਵਾਸਤੇ ਦੁਬਾਰਾ ਉਹ ਸਿਸਟਮ ਬਹਾਲ ਨਹੀਂ ਕੀਤਾ ਜਾ ਸਕਦਾ ਦੇਖੋ ਤੁਸੀਂ ਸੂਰਜ ਦੇ ਅੱਗੇ ਬਿਲਕੁਲ ਸਮੋਕ ਤੇ ਬੱਦਲ ਹੈ ਸ਼ਿਵਾਵਾ ਨਹੀਂ ਆ ਰਹੀਆਂ ਸੂਰਜ ਦੀਆਂ ਫਿਰ ਵੀ ਜ਼ਬਰਦਸਤ ਪਾਣੀ ਕੱਢ ਰਿਹਾ ਤੇ ਸਿਸਟਮ ਦੁਬਾਰਾ ਉਹ ਬਹਾਲ ਨਹੀਂ ਕੀਤਾ ਜਾ ਸਕਦਾ ਇਸ ਵਜ੍ਹਾ ਤੋਂ ਫਿਰ ਜਿਹੜਾ ਨਾ ਜ਼ਿੰਮੇਦਾਰ ਉਗਾਰ ਲਾ ਲੈਂਦੇ ਇੱਕ ਸੋਲਰ ਨਾਲ ਨਹੀਂ ਕੰਮ ਚੱਲ ਰਿਹਾ ਸੀ ਇੱਥੇ ਫਿਰ ਡਬਲ ਕਰ ਲਿਆ ਉਹਨਾਂ ਨੇ 60 ਪਲੇਟਾਂ 545 ਵਾਟ ਵਾਲੀਆਂ ਤੇ ਜ਼ਬਰਦਸਤ ਪਾਣੀ ਤੁਹਾਡੇ ਸਾਹਮਣੇ ਹੈ ਤਕਰੀਬਨ ਜਿਹੜਾ ਹੈ ਨਾ ਜੀ ਇੱਕ ਦਿਨ ਵਿੱਚ 4 ਕਿੱਲੇ ਜਿਹੜਾ ਸਕੂਨ ਨਾਲ ਭਰ ਦੇਗੀ ਬਜਾਈਆਂ ਦਾ ਮੌਸਮ ਆ ਕੁਝ ਲੋਕਾਂ ਨੇ ਤੇ ਆਪਣਾ ਜਿਹੜਾ ਹੈਗਾ ਵਾ ਲੂਸਣ ਬਰਸਨ ਪੱਠੇ ਕਾਸ਼ਤ ਕੀਤੇ ਹੋਏ ਆ ਕੋਈ ਲੋਕ ਕਨੋਲਾ ਵੀ ਕਾਸ਼ਤ ਕਰ ਲਿਆ ਕੋਈ ਲੋਕ ਲੈ ਜਿਹੜਾ ਰੋਣੀਆਂ ਕਰਦੇ ਪਏ ਕੁਝ ਲੋਕ ਕਣਕ ਦੀਆਂ ਰੋਣੀਆਂ ਲੱਗੇ ਹੋਏ ਆ ਵਿੱਚ ਕੋਈ ਕੁਛ ਦੀਵਿੰਦਾਰ ਸਾਡੇ ਇੱਥੇ ਆ ਗਏ ਜਿਨ੍ਹਾਂ ਨੇ ਗੇਤੀ ਗੰਧਮ ਕਾਸ਼ਤ ਵੀ ਕਰ ਲਈ ਆ ਤੇ 2 60 ਪਲੇਟਾਂ ਦੇ ਕਰੰਟ ਨਾਲ 55 ਤੇ ਮੀਟਰ ਬਿਲਕੁਲ 55 ਤੇ ਫਿਕਸ ਕੀਤਾ 55 ਤੇ ਚੱਲਾ ਗਿਆ ਇੱਕ ਟਰਾਲੀ ਭਾਈ ਹੁਣ ਦੀ ਆਪਣੀ ਆ ਜਿਹੜੀ ਕਿ ਪ੍ਰੋਪਰ ਚੱਲਦੀ ਇੱਥੇ ਪਹਿਲੇ ਵੀ ਆਪਣੇ ਬੋਰ ਤੇ ਜਿਸ ਤਰ੍ਹਾਂ ਆਮ ਰੁਟੀਨ ਚਲਾਈ ਦੀ ਇੱਕ ਟਰਾਲੀ ਭਾਈ ਉਹਨਾਂ ਨੇ ਫਿਰ ਰੈਂਟ ਤੇ ਲਈ ਆ ਇਹਦਾ ਮਕਸਦ ਜਿਹੜਾ ਵੀ ਇਹਨਾਂ ਦਾ ਹਿਸਾਬ ਹੋਏਗਾ ਉਹਦੇ ਨਾਲ 3500 4000 5000 ਜਾਂ ਜਿਹੜਾ ਵੀ ਰੈਂਟ ਹੋਏਗਾ ਇੱਕ ਟਰਾਲੀ ਭਾਈ ਉਹਨਾਂ ਦੀ ਆਪਣੀ ਹੈ ਇੱਕ ਟਰਾਲੀ ਰੈਂਟ ਤੇ ਲਈ ਲੈ ਕੇ ਰੈਂਟ ਤੇ ਫਿਰ ਦੋਨੋਂ ਦਾ ਕਰੰਟ ਇਕੱਠਾ ਕਰਕੇ ਇੱਕ ਇਨਵਰਟਰ ਦੇ ਵਿੱਚ ਤਾਰ ਦਿੱਤੀ ਆ ਉਸ ਇਨਵਰਟਰ ਤੋਂ ਫਿਰ ਅੱਗੇ ਕਰੰਟ ਮੋਟਰ ਨੂੰ ਜਾ ਰਿਹਾ ਤੇ 20 ਹਸ ਪਾਵਰ ਦੀ ਮੋਟਰ ਆ ਬਹੁਤ ਹੀ ਜ਼ਬਰਦਸਤ ਸਿਸਟਮ ਚੱਲਦਾ ਪਿਆ ਜੀ ਭਾਈ ਉਹਨਾਂ ਦਾ ਤੇ ਇਹ ਹੁਣ ਜ਼ਿਮੀਦਾਰਾਂ ਨੇ ਨਵਾਂ ਇੱਕ जुगाੜ ਲਾ ਲਿਆ 60 ਪਲੇਟਾਂ ਵੈਸੇ ਇੱਕ ਜ਼ਿਮੀਦਾਰ ਨਹੀਂ ਖਰੀਦ ਸਕਦਾ ਸਾਡੇ ਏਰੀਏ 'ਚ ਇੱਥੇ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਰੈਂਟ ਤੇ ਚੱਲਦੀਆਂ ਪਈਆਂ ਚੱਕ 66 ਟੈਮਲ ਦੀ ਲਾ ਬਖਰ ਚੱਕ 66 ਟੈਮਲ ਤਕਰੀਬਨ ਇਸ ਟਾਈਮ 7 ਤੋਂ 8 ਟਰਾਲੀਆਂ ਹੈਗੀਆਂ ਸੋਲਰ ਵਾਲੀਆਂ ਜਿਹੜੀਆਂ ਸਪੈਸ਼ਲ ਲੋਕਾਂ ਨੇ ਰੈਂਟ ਆਸਤੇ ਬਣਾਈਆਂ ਲੋਕਾਂ ਨੇ ਕਾਰੋਬਾਰ ਬਣਾਇਆ ਤੇ ਇਸੇ ਤਰ੍ਹਾਂ ਦੇਖੋ ਫਿਰ ਇੱਕ ਟਰਾਲੀ ਭਾਈ ਹੁਣਾਂ ਦੀ ਆਪਣੀ ਇੱਕ ਰੈਂਟ ਤੇ ਲੈ ਕੇ ਲਾਈਏ ਬਾਈ ਵੀਡੀਓ ਦੇਖਣ ਦਾ ਸ਼ੁਕਰੀਆ ਲਾਸੇ